ਆਹ ਸਰਕਾਰ ਤਾਂ ਐਂ ਹੈ ਜਿਵੇਂ ਸਰਕਾਰ ਹੈ ਹੀ ਨਹੀਂ ਪੰਜਾਬ। ਭਗਵੰਤ ਮਾਨ ਨੇ ਬੁਰਾ ਹਾਲ ਕਰਤਾ ਪੰਜਾਬ, ਇਸ ਕਰਕੇ ਮੈਂ ਭਗਵੰਤ ਮਾਨ ਨੂੰ ਬੇਨਤੀ ਕਰਦਾ, ਇਹ ਜਿਹੀਆਂ ਘਟਨਾ ਜਿਹੜੀਆਂ ਹੋ ਰਹੀਆਂ ਇਹਦਾ ਬਹੁਤ ਵੱਡਾ ਅਸਰ ਪੰਜਾਬ ਦੀ ਜਨਤਾ 'ਤੇ ਪੈ ਰਿਹਾ ਹੈ। ਅੱਜ ਦਹਿਸ਼ਤ ਦਾ ਮਾਹੌਲ ਪੰਜਾਬ 'ਚ ਹੈ, ਜੇ ਲੋਕਾਂ ਵਿੱਚ ਡਰ ਪਿਆ, ਸੋ ਜੇ ਇਹ ਜਿਹੀ ਹਾਲਾਤ ਰਹੀ ਤਾਂ ਪੰਜਾਬ 'ਚ ਕੌਣ ਆਊਗਾ ਇੱਥੇ ਰਹਿਣ ਵਾਸਤੇ? ਦੇਖੋ ਹਾਲਾਤ ਜਿਹੜੀ ਪੰਜਾਬ ਦੀ ਬਹੁਤ ਵਿਗੜ ਗਈ ਹੈ, ਲੋਅ ਐਂਡ ਆਰਡਰ ਦੀ ਸਿਚੁਏਸ਼ਨ ਹੈਗੀ, ਡਰ ਚੱਕਿਆ ਗਿਆ। ਮੈਂ ਖੰਨੇ ਸੀ, ਸ਼ਿਵ ਮੰਦਿਰ ਵਿੱਚ ਬੇਅਦਬੀ ਹੋਈ, ਕੋਈ ਦੋਸ਼ੀ ਬਾਰੇ ਪਤਾ ਨਹੀਂ ਲੱਗਿਆ, ਨਾ ਕੋਈ ਪੁਲਿਸ ਉੱਥੇ ਆਈ। ਉਵੇਂ ਕਪੂਰਥਲੇ ਗੁਰੂ ਘਰ 'ਚ ਵਿੱਚ ਬੇਅਦਬੀ ਹੋਈ, ਕੋਈ ਪੁੱਛਣ ਵਾਲਾ ਨਹੀਂ। ਆਹ ਸਰਕਾਰ ਤਾਂ ਐਂ ਹੈ ਜਿਵੇਂ ਸਰਕਾਰ ਹੈ ਹੀ ਨਹੀਂ ਪੰਜਾਬ। ਭਗਵੰਤ ਮਾਨ ਨੇ ਬੁਰਾ ਹਾਲ ਕਰਤਾ ਪੰਜਾਬ, ਇਸ ਕਰਕੇ ਮੈਂ ਭਗਵੰਤ ਮਾਨ ਨੂੰ ਬੇਨਤੀ ਕਰਦਾ, ਇਹ ਜਿਹੀਆਂ ਘਟਨਾ ਜਿਹੜੀਆਂ ਹੋ ਰਹੀਆਂ ਇਹਦਾ ਬਹੁਤ ਵੱਡਾ ਅਸਰ ਪੰਜਾਬ ਦੀ ਜਨਤਾ 'ਤੇ ਪੈ ਰਿਹਾ। ਅੱਜ ਦਹਿਸ਼ਤ ਦਾ ਮਾਹੌਲ ਪੰਜਾਬ 'ਚ ਹੈ, ਜੇ ਲੋਕਾਂ ਵਿੱਚ ਡਰ ਪਿਆ, ਸੋ ਜੇ ਇਹ ਜਿਹੀ ਹਾਲਾਤ ਰਹੀ ਤਾਂ ਪੰਜਾਬ 'ਚ ਕੌਣ ਆਊਗਾ ਇੱਥੇ ਰਹਿਣ ਵਾਸਤੇ? ਗਿੱਦੜਵਾ 1997 ਵਾਲਾ ਲੱਗਦਾ ਸੀ ਤੁਹਾਨੂੰ 17 ਸਾਲ ਦਾ ਸਰਕਾਰ ਬੰਦੀ ਅਕਾਲੀ ਦਲ ਦੀ ਜਿਹੜੀ ਲੱਗਦਾ ਗਿੱਦੜਵਾ ਤੋਂ ਜਦੋਂ ਵੀ ਗੁਰੂ ਗਿੱਦੜਵਾ ਵਾਲੇ ਸ਼ੁਰੂ ਕਰਦੇ ਸਰਕਾਰ ਦੇ ਨਹੀਂ ਤੇ ਐ ਕੀ ਫਿਰ ਤੋਂ ਗਿੱਦੜਵਾ ਵਾਲੇ ਕੱਲ ਫਿਰ ਕਪੂਰਥਲੇ ਗੁਰਦੁਆਰਾ ਸਾਹਿਬ ਦੀ ਘਟਨਾ ਹੋਈ। ਦੇਖੋ ਹਾਲਾਤ ਜਿਹੜੀ ਪੰਜਾਬ ਦੀ ਬਹੁਤ ਵਿਗੜ ਗਈ ਹੈ, ਲੋਅ ਐਂਡ ਆਰਡਰ ਦੀ ਸਿਚੁਏਸ਼ਨ ਹੈਗੀ, ਡਰ ਚੱਕਿਆ ਗਿਆ। ਮੈਂ ਖੰਨੇ ਸੀ, ਸ਼ਿਵ ਮੰਦਿਰ ਵਿੱਚ ਬੇਅਦਬੀ ਹੋਈ, ਕੋਈ ਦੋਸ਼ੀ ਬਾਰੇ ਪਤਾ ਨਹੀਂ ਲੱਗਿਆ, ਨਾ ਕੋਈ ਪੁਲਿਸ ਉੱਥੇ ਆਈ। ਉਵੇਂ ਕਪੂਰਥਲੇ ਗੁਰੂ ਘਰ 'ਚ ਵਿੱਚ ਬੇਅਦਬੀ ਹੋਈ, ਕੋਈ ਪੁੱਛਣ ਵਾਲਾ ਨਹੀਂ। ਆਹ ਸਰਕਾਰ ਤਾਂ ਐਂ ਹੈ ਜਿਵੇਂ ਸਰਕਾਰ ਹੈ ਹੀ ਨਹੀਂ ਪੰਜਾਬ। ਭਗਵੰਤ ਮਾਨ ਨੇ ਬੁਰਾ ਹਾਲ ਕਰਤਾ ਪੰਜਾਬ, ਇਸ ਕਰਕੇ ਮੈਂ ਭਗਵੰਤ ਮਾਨ ਨੂੰ ਬੇਨਤੀ ਕਰਦਾ, ਇਹ ਜਿਹੀਆਂ ਘਟਨਾ ਜਿਹੜੀਆਂ ਹੋ ਰਹੀਆਂ ਇਹਦਾ ਬਹੁਤ ਵੱਡਾ ਅਸਰ ਪੰਜਾਬ ਦੀ ਜਨਤਾ 'ਤੇ ਪੈ ਰਿਹਾ ਹੈ। ਅੱਜ ਦਹਿਸ਼ਤ ਦਾ ਮਾਹੌਲ ਪੰਜਾਬ 'ਚ ਹੈ, ਜੇ ਲੋਕਾਂ ਵਿੱਚ ਡਰ ਪਿਆ, ਸੋ ਜੇ ਇਹ ਜਿਹੀ ਹਾਲਾਤ ਰਹੀ ਤਾਂ ਪੰਜਾਬ 'ਚ ਕੌਣ ਆਊਗਾ ਇੱਥੇ ਰਹਿਣ ਵਾਸਤੇ? ਗਿੱਦੜਵਾ 1997 ਵਾਲਾ ਲੱਗਦਾ ਸੀ ਤੁਹਾਨੂੰ 17 ਸਾਲ ਦਾ ਸਰਕਾਰ ਬੰਦੀ ਅਕਾਲੀ ਦਲ ਦੀ ਜਿਹੜੀ ਲੱਗਦਾ ਗਿੱਦੜਵਾ ਤੋਂ ਜਦੋਂ ਵੀ ਗਿੱਦੜਵਾ ਵਾਲੇ ਸ਼ੁਰੂ ਕਰਦੇ ਸਰਕਾਰ ਦੇ ਨਹੀਂ ਤੇ ਐ ਕੀ ਫਿਰ ਤੋਂ ਗਿੱਦੜਵਾ ਵਾਲੇ ਕਰੋਗੇ?